अमृतसर दे वल्ला मंडी फड़ी वालियां ते चलिया मार्केट कमेटी दा पीला पंजा। मार दांगा आप दे तेल ना दहानियां दा ओ मेनू चौथी री पापा जी हो गया चौथी री। जी मानयोग अदालत वालों दिते फैसले अनुसार जिंदे विच उन्हां ने हुक्म दिता है कि जिन्हें भी नजायज करते हैं उन्हां नूं हटाया जाए। पीड़ित फड़ी वालिया ने इकट्ठे होके मार्केट कमेटी अगे रोया रोना। ये थोड़ा भी आ गए बलडोजर चढ़ा देन ते अड्डे ढा दियो ए गलत काम जी। ਕਬਜ਼ੇ ਦੇ ਹੁਣ ਜਿਹਨੂੰ ਕਿਸੇ ਨੂੰ ਜਗ੍ਹਾ ਨਹੀਂ ਮਿਲਣੀ ਕੋਈ ਜਗ੍ਹਾ ਦੇਣੀ ਨਹੀਂ ਕੋਈ ਜਾਣੂ ਜੇ ਉਹਨਾਂ ਨੇ ਲੋਕਾਂ ਨੇ ਖਰਚੀ ਕਰਨੀ ਹੈ ਰੋਟੀ 'ਤੇ ਕਮਾਉਣੀ ਹਰ ਇੱਕ ਬੰਦੇ ਨੇ ਸਿਰੇ ਘਰੋਂ ਉੱਠ ਕੇ ਆਉਣਾ ਅਤੇ ਰੋਟੀ 'ਤੇ ਕਮਾਉਣੀ ਹੈ। ਕਿਹਾ ਸਾਨੂੰ ਨਾ ਉਜਾੜੋ ਬਾਰ ਬਾਰ ਫੜੀਆਂ ਚੱਲੂ ਤੇ ਮੰਡੀ ਚੱਲੂ ਨਾ ਸਾਨੂੰ ਵੀ ਉੱਚੀ ਫਾਇਦਾ ਵੀ ਤੁਹਾਡਾ ਵੀ ਕੰਮ ਚੱਲੇ ਪਰ ਸਾਡਾ ਤਾਂ ਚੌਥੀ ਵਾਰੀ ਨੁਕਸਾਨ ਹੋ ਗਿਆ। ਗਰਾਊਂਡ 'ਚ ਬੈਠੇ ਬੰਦੇ ਚੰਗੇ ਭਲੇ ਰੋਟੀ ਪਾਣੀ ਖਾਣ ਲਈ ਦੋ ਸਾਲ ਤੋਂ ਦੂਸਰੇ ਸਾਲ ਆ ਕੇ ਫਿਰ ਮੈਂ ਢਾਹ ਕੇ ਆਉਂਦਾ ਜੀ ਉੱਥੋਂ ਬਲਡੋਜ਼ਰ ਲਿਆ ਕੇ ਸਾਰਾ ਕੁਝ ਢਾਹ ਕੇ ਦਿੱਤਾ ਔਨ ਸਾਈਡ 'ਤੇ ਬੈਠੇ ਹੀ ਚੰਗੇ ਭਲੇ ਖਾ ਕੇ ਤੇ ਆਪ ਤਿੰਨਾਂ ਨੇ ਸੜਕਾਂ 'ਤੇ ਪਾਏ ਆ। ਅੰਮ੍ਰਿਤਸਰ ਦੇ ਵੱਲਾ ਸਬਜ਼ੀ ਮੰਡੀ 'ਚ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਉੱਥੇ 500 ਦੇ ਕਰੀਬ ਰੇਹੜੀ ਫੜੀ ਵਾਲਿਆਂ 'ਤੇ ਮਾਰਕੀਟ ਕਮੇਟੀ ਵੱਲੋਂ ਪੀਲਾ ਪੰਜਾ ਚਲਾਉਣ ਦੀ ਕਾਰਵਾਈ ਕੀਤੀ ਗਈ ਜਿਸ ਦੇ ਚੱਲਦਿਆਂ ਪੀੜਤ ਦੁਕਾਨਦਾਰਾਂ ਵੱਲੋਂ ਮਾਰਕੀਟ ਕਮੇਟੀ ਦਾ ਪਿੱਟ ਸਿਆਪਾ ਕੀਤਾ ਗਿਆ ਅਤੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਪੀੜਤ ਦੁਕਾਨਦਾਰਾਂ ਨੇ ਗੱਲਬਾਤ ਕਰਦਿਆਂ ਕੀ ਕੁੱਝ ਕਿਹਾ ਆਓ ਸੁਣਦੇ ਹਾਂ। ਮਾਰਕੀਟ ਕਮੇਟੀ ਵਾਲੇ ਕਾਰਵਾਈ ਤੇ ਆ ਚੌਥੀ ਵਾਰੀ ਕਾਰਵਾਈ ਹੋਣ ਲੱਗੀ ਜੀ। ਦੋ ਤਿੰਨ ਸਾਲਾਂ ਬਾਅਦ ਕਾਰਵਾਈ ਹੁੰਦੀ ਹੈ ਕਿ ਇੱਥੋਂ ਚੁੱਕੋ ਤੇ ਪਰਲੇ ਬੰਨੇ ਚੱਲ ਜਾਓ, ਪਰਲੇ ਬੰਨੇ ਚੁੱਕੋ ਤੇ ਉਰਲੇ ਬੰਨੇ ਚੱਲ ਜਾਓ। ਅਸੀਂ ਕਹਿੰਦੇ ਹਾਂ ਕਿ ਸਾਨੂੰ ਉਠਾਓ, ਅਸੀਂ ਉੱਠਣ ਨੂੰ ਤਿਆਰ ਹਾਂ, ਕਿਉਂਕਿ ਪੱਕੀ ਜਗ੍ਹਾ 'ਤੇ ਭਾਣ ਜਿੱਥੇ ਕਿ ਬੰਦੇ ਦੁਬਾਰਾ ਨਾ ਉੱਠਣ, ਕਿ ਦੋ ਤਿੰਨ ਸਾਲ ਬਾਅਦ ਫਿਰ ਨਾ ਉਜੜਨ, ਕਿ ਫਿਰ ਉਜੜਨ ਤੋਂ ਬਾਅਦ ਫਿਰ ਤਿੰਨਾਂ ਸਾਲਾਂ ਬਾਅਦ ਕੋਈ ਆਵੇ ਤੇ ਉੱਠ ਜਾਓ ਜੀ ਇੱਥੋਂ ਤੇ ਪਰਲੀ ਜਾਓ। ਲੋਕਾਂ ਦੇ ਕੰਮ ਕਾਰ ਸੈੱਟ ਹੁੰਦੇ ਨੇ, ਮਸਾਂ ਰੋਟੀ ਖਾਣ ਲੱਗਦੇ ਨੇ ਤੇ ਫਿਰ ਝਾੜ ਦਿੰਦੇ ਨੇ ਆ ਕੇ। ਫੁੱਲ ਜੈਨੂਇਨ ਜਿਹੜੇ ਆੜਤੀ ਨੇ ਉਹ ਕਿੰਨੇ ਨੇ? ਆੜਤੀ ਨਹੀਂ ਫੜੀਏ, ਜੈਨੂਇਨ ਜੈਨੂਇਨ ਫੜੀਏ ਹੈਗੇ ਜੀ 300 ਤੋਂ 350 ਜਾਂ 400, ਕੁਛ ਵੱਧ ਗਏ ਨੇ 400 ਹੋ ਗਏ ਨੇ, ਪਰ ਹੁਣ ਬਹੁਤ ਜ਼ਿਆਦਾ ਹੋ ਗਏ ਨੇ। 400 ਬੰਦਾ ਜੈਨੂਇਨ ਹੈਗਾ, ਜਿਹੜੀ ਪੁਰਾਣੀ ਲਿਸਟ ਮੇਰੇ ਕੋਲ ਕੋਈ 20 ਸਾਲਾਂ ਦਾ ਚੱਲਣ ਡੀ, ਉਹ 400 ਬੰਦਾ ਹੈਗਾ। ਉਹਨਾਂ ਵੱਲੋਂ ਕਿਹਾ ਜਾਂਦਾ ਕਿ ਸੜਕਾਂ ਤੇ ਕਬਜ਼ੇ ਕੀਤੇ ਜਾਂਦੇ ਨੇ ਨਜਾਇਜ਼, ਤੇ ਜਿਹੜੇ ਫਾਰਮਰਸ ਆਉਂਦੇ ਨੇ ਟਰਾਲੀਆਂ ਟਰੈਕਟਰ ਲੈ ਕੇ ਉਹਨਾਂ ਵੱਲੋਂ ਸ਼ਿਕਾਇਤ ਕੀਤੀ ਗਈ ਵੀ ਲੰਘਾ ਔਖਾ ਹੋ ਗਿਆ। ਕਬਜ਼ੇ ਦੇ ਹੁਣ ਜਿਹਨੂੰ ਕਿਸੇ ਨੂੰ ਜਗ੍ਹਾ ਨਹੀਂ ਮਿਲਣੀ ਕੋਈ ਜਗ੍ਹਾ ਦੇਣੀ ਨਹੀਂ ਕੋਈ ਜਾਣੂ ਗਏ ਨੂੰ, ਤੇ ਲੋਕਾਂ ਨੇ ਕਬਜ਼ੀ ਕਰਕੇ ਰੋਟੀ ਤੇ ਕਮਾਉਣੀ, ਹਰ ਇੱਕ ਬੰਦੇ ਨੇ ਸਿਰੇ ਘਰੋਂ ਉੱਠ ਕੇ ਆਉਣਾ ਤੇ ਰੋਟੀ ਤੇ ਕਮਾਉਣੀ ਹੈ, ਆਪਣਾ ਪਰਿਵਾਰ ਤੇ ਪਾਲਣਾ ਹੀ ਹੈ ਨਾ। ਹੁਣ ਇਹਨਾਂ ਨੂੰ ਚਾਹੀਦਾ ਕੋਈ ਜਨਮਨ ਜਗ੍ਹਾ ਦੇਣ ਸਾਨੂੰ, ਬਹਿਣ ਬੰਦੇ ਬਹਿਣ ਨੂੰ ਤਿਆਰ ਨੇ, ਪਰ ਇਹ ਦਿੰਦੇ ਨਹੀਂ। ਪਿਛਲੇ ਵੀ ਤਿੰਨ ਸਾਲ ਪੁਰਾਣੇ ਗਰਾਊਂਡ 'ਚ ਇਹਨਾਂ ਨੇ ਬਿਠਾਇਆ ਸੀ, ਗਰਾਊਂਡ 'ਚ ਬੈਠੇ ਬੰਦੇ ਚੰਗੇ ਭਲੇ ਰੋਟੀ ਪਾਣੀ ਖਾਣ ਡੇ, ਦੋ ਸਾਲ ਤੋਂ ਫਿਰ ਦੂਸਰੇ ਸਾਲ ਆ ਕੇ ਫਿਰ ਇਹਨਾਂ ਨੇ ਠਾਹ ਤਾਂ ਉੱਠੋ ਜੀ ਬਲਡੋਜ਼ਰ ਲਿਆ ਕੇ ਸਾਰਾ ਕੋਈ ਢਾਹ ਢੂਹ ਦਿੱਤਾ ਲੋਕਾਂ ਨੂੰ, ਸਾਈਡ ਤੇ ਬੈਠੇ ਹੀ ਚੰਗੇ ਭਲੇ ਉਠਾ ਕੇ ਤੇ ਆਪ ਤਿੰਨਾਂ ਨੇ ਸੜਕਾਂ ਤੇ ਪਾਏ ਆ। ਹੁਣ ਫਿਰ ਸੜਕਾਂ ਤੋਂ ਉੱਠ ਕੇ ਕਹਿੰਦੇ ਕਿੱਥੇ ਬਹਿ ਜਾਓ, ਜਾ ਕੇ ਫਿਰ ਬਹਿਣ ਦਾ ਪਰਪਸ ਉਹੀ ਰਹਿ ਗਿਆ, ਫਿਰ ਉੱਠ ਕੇ ਫਿਰ ਕਿੱਥੇ ਜਾਣਾ 3 ਸਾਲਾਂ ਬਾਅਦ ਫਿਰ ਉੱਠਣਾ। ਤੂੰ ਆਪਾਂ ਕਹਿੰਦੇ ਹਾਂ ਕਿ ਭਾਓ ਤਰੀਕੇ ਨਾਲ ਭਾਓ, ਸਾਰੇ ਬੰਦੇ ਬਹਿਣ ਨੂੰ ਤਿਆਰ ਨੇ, ਕਿਰਾਇਆ ਕਹਿੰਦੇ ਕਿਰਾਇਆ ਵੀ ਦੇਣ ਨੂੰ ਤਿਆਰ ਨੇ, ਜੋ ਜਨਵਰ ਬੰਦਾ ਨਾ ਕਿਰਾਇਆ 750 ਮਹੀਨਾ ਉਦੋਂ ਲੈਂਦੇ ਸੀ, ਸਾਡੇ ਕੋਲ ਹੁਣ ਵੀ ਦੇਣ ਨੂੰ ਤਿਆਰ ਆ 750 ਮਹੀਨਾ, ਪਰ ਕੋਈ ਜਗ੍ਹਾ ਤੇ ਪ੍ਰੋਵਾਈਡ ਕਰੋ। ਸਰ ਨਾਮ? ਮੇਰਾ ਅਜੇ ਕੁਮਾਰ ਜੀ। ਪ੍ਰਧਾਨ? ਮੈਂ ਜੀ, ਮੇਰਾ ਬ੍ਰਦਰ ਹੈ ਵੱਡਾ ਪ੍ਰਧਾਨ, ਤੇ ਮੈਂ ਉਹਦੀ ਜਗ੍ਹਾ ਤੇ, ਥੋੜੇ ਬਾਹਰ ਗਏ ਨੇ ਆਊਟ ਆਫ ਟਾਊਨ, ਆ ਜਾਣਗੇ ਸ਼ਾਮ ਤੱਕ। ਉਧਰ ਹੀ ਦੂਜੇ ਪਾਸੇ ਜਦੋਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕਿਹਾ ਆਓ ਜਾਣਦੇ ਹਾਂ ਉਹਨਾਂ ਤੋਂ ਵੀ। ਜਿਹੜਾ ਉੱਥੇ ਕਾਰਵਾਈ ਕੀਤੀ ਜਾ ਰਹੀ, ਕੀ ਕਾਰਵਾਈ ਹੈ ਤੇ ਕਿਉਂ ਕੀਤੀ ਜਾ ਰਹੀ? ਇਹ ਜੀ ਮਾਨਯੋਗ ਅਦਾਲਤ ਵੱਲੋਂ ਦਿੱਤੇ ਫੈਸਲੇ ਅਨੁਸਾਰ ਜਿੰਦੇ ਵਿੱਚ ਉਹਨਾਂ ਨੇ ਹੁਕਮ ਦਿੱਤਾ ਹੈ ਕਿ ਜਿੰਨੇ ਵੀ ਨਜਾਇਜ਼ ਕਬਜ਼ੇ ਨੇ ਉਹਨਾਂ ਨੂੰ ਹਟਾਇਆ ਜਾਵੇ, ਤਾਂ ਕਿ ਵਪਾਰੀਆਂ ਨੂੰ ਅਤੇ ਕਿਸਾਨਾਂ ਨੂੰ ਮਤਲਬ ਮੰਡੀ ਦੇ ਵਿੱਚ ਮਾਲ ਲਿਆਉਣ ਦੇ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਜਿਹਨਾਂ ਨੂੰ ਹਟਾਇਆ ਜਾ ਰਿਹਾ ਉਹਨਾਂ ਨੂੰ ਕੁਛ ਅੱਗੇ ਕੋਈ ਜਗ੍ਹਾ ਦੇ ਕੇ? ਹਾਂ, ਉਹਨਾਂ ਨੂੰ ਅਸੀਂ ਸਿਨਮਾ ਸਾਈਡ 'ਤੇ ਇਹਨਾਂ ਨੂੰ ਜਗ੍ਹਾ ਮੁਹੱਈਆ ਕਰਾ ਰਹੇ ਹਾਂ, ਅਸੀਂ ਕਿਸੇ ਨੂੰ ਉਜਾੜ ਨਹੀਂ ਰਹੇ, ਅਸੀਂ ਉਹਨਾਂ ਨੂੰ ਸਿਰਫ ਸ਼ਿਫਟ ਕਰ ਰਹੇ ਹਾਂ। ਕੀ ਕਾਰਵਾਈ ਕੀ ਹੋਣੀ ਹੈ? ਅੱਜ ਅਸੀਂ ਮਤਲਬ ਕਿ 3 ਦਿਨ ਤੋਂ ਅਨਾਊਂਸਮੈਂਟ ਇਹ ਕਰਦੇ ਪਏ ਹਾਂ ਕਿ ਆਪਣੋ ਆਪਣੀ ਜਿਹੜੀ ਆਪਣੀ ਹੈਗੀ ਹੈ ਨਾ, ਉੱਥੇ ਆਣ ਕੇ ਤੇ ਸ਼ਿਫਟ ਹੋ ਜਾਓ, ਜਿਹੜਾ ਸ਼ਿਫਟ ਨਹੀਂ ਕਰੇਗਾ ਉਹਦੇ 'ਤੇ ਮਤਲਬ ਕਿ ਆਪਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਸਾਹਿਬ ਨਿਯੁਕਤ ਕੀਤੇ, ਮਜਿਸਟਰ ਨਿਯੁਕਤ ਕੀਤਾ, ਉਹਦੇ 'ਤੇ ਕਾਰਵਾਈ ਕੀਤੀ ਜਾਏ। A1 ਮੀਡੀਆ ਲਈ ਅੰਮ੍ਰਿਤਸਰ ਤੋਂ ਨਰਿੰਦਰ ਸੇਠੀ ਦੀ ਖਾਸ ਰਿਪੋਰਟ।